ਨਵੇਂ ਪੀਐਮ ਬਣੇ ਨੇ ਤੇ ਹੁਣ ਜਿਹੜੇ ਜਾਲਾ ਲੱਗੇ ਹੋਏ ਸੀਗੇ ਛਾਲਾ ਮਾਰਨ ਕਹਿੰਦੇ ਕਿ ਉਹਨਾਂ ਨੇ ਸਾਰਿਆਂ ਦੇ ਇੱਕ ਦੇ ਉੱਤੇ ਮੂਗ ਦਰਤੀ ਜੀ ਇਹ ਐਸੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਜਿਵੇਂ ਮਰਜ਼ੀ ਤੁਸੀਂ ਕਹੀ ਜਾਓ ਕੋਈ ਕਹਿੰਦਾ ਜੀ ਇਹ ਰੇਸ਼ਮ ਹੁੰਦਾ ਸੀਗਾ ਪਹਿਲਾਂ ਇੱਥੇ ਤੇ ਗੁਜਰਾਂਵਾਲੇ ਦੇ ਥੋੜੇ ਤੇ ਗੁਜਰਾਲ ਦਾ ਲੁਧਿਆਣੇ ਦੇ ਲੱਗੇ ਇਹਨਾਂ ਦਾ ਪਿੰਡ ਆ ਜੀ ਨਾਨਕੇ ਜਸੋਵਾਲਿਆ ਪਿੰਡ ਇਹਨਾਂ ਦਾ ਗੁਜਰਾਲਿਆ ਮਤਲਬ ਕਿ ਆਪੋ ਆਪਣੀਆਂ ਤੇ ਕਹੀ ਕਹਿੰਦੇ ਸੀਗੇ ਕਹਿੰਦੇ ਬਈ ਅਸੀਂ ਖੁਸ਼ੀ ਮਨਾ ਲਈ ਲੈਂਦੇ ਹਾਂ ਤੁਸੀਂ ਵੀ ਮਾੜੀ ਮੁੱਟੀ ਖੁਸ਼ੀ ਮਨਾ ਰਹੋ ਕੋਈ ਤੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਦੇਖੋ ਠੀਕ ਆ ਤੁਹਾਡੇ ਕੋਲ ਖੁਸ਼ੀ ਮਨਾਉਣ ਦਾ ਸਬਾਬ ਹੈ ਤੁਸੀਂ ਆਜ਼ਾਦ ਹੋ ਜਿੰਨੀ ਮਰਜ਼ੀ ਖੁਸ਼ੀ ਮਨਾਓ ਪਰ ਉਹਨੇ ਸੋਚਣਾ ਆਪਣੇ ਮੁਲਕ ਦਾ ਹੈ ਜੀ ਉਹਨੇ ਸੋਚਣਾ ਆਪਣੀ ਸਿਆਸਤ ਦਾ ਜੀ ਤੇ ਪਹਿਲੀ ਸੱਟੇ ਜਦੋਂ ਕੈਬਨਿਟ ਦਾ ਗਠਨ ਹੋਇਆ ਜੀ ਜਿਨ੍ਹਾਂ ਨੇ ਖੁਸ਼ੀਆਂ ਮਨਾਈਆਂ ਸੀ ਜਿਨ੍ਹਾਂ ਨੇ ਕਿਹਾ ਕਿ ਵੇਖੋ ਜਿਨ੍ਹਾਂ ਨੇ ਸਾਨੂੰ ਗੁਲਾਮ ਰੱਖਿਆ ਸੀ ਇੱਕ ਹਿੰਦੂ ਨੇ ਜਾ ਕੇ ਗੁਲਾਮ ਕਰ ਲਿਆ ਉਹਨਾਂ ਨੂੰ ਉਹ ਸਾਰੇ ਸੋਸਰੀਆਂ ਗੁੱਸੋਂਗੇ ਜਿਹੜੇ ਕਨਸੀ ਲਗਾਣ ਤੋਂ ਲਗਾਮ ਤੱਕ ਉਹ ਸਾਰੇ ਬਸ ਲਗਾਣ ਵਾਲਾ ਕੰਮ ਹੀ ਤਮਾਮ ਹੋ ਗਿਆ ਜੀ ਉਹਨੇ ਕੀ ਕੀਤਾ ਕਿ ਖੈਰ ਨੋਟ ਦੇ ਵਿੱਚ ਜਿਹੜੀ ਉਹ ਹੈਗੀ ਹੈ ਮੰਤਰੀ ਜੀ ਸੋਇਲਾ ਬਰੇਵਰਮੈਨ ਜੀ ਉਹਨੂੰ ਲੈ ਲਿਆ ਵਾਪਸ ਅੱਛਾ ਜੀ ਹੁਣ ਜਿਹੜੀ ਉਹ ਬੀਬੀ ਬਰੇਵਰਮੈਨ ਆ ਉਹਨੇ ਅਸਲ ਦੇ ਵਿੱਚ ਕੀ ਆ ਕਿ ਭਾਰਤ ਦੇ ਵਿਰੁੱਧ ਬੜੀ ਜਿਵੇਂ ਕਹ ਲਈਏ ਨਾ ਕਿ ਖੁੰਧ ਕਾਲੀ ਭਾਸ਼ਾ ਇਸਤੇਮਾਲ ਕੀਤੀ ਸੀ ਜਦੋਂ ਲਿਜ਼ਟ੍ਰਸ ਆਮ ਮਿਨਿਸਟਰ ਦੇ ਤੌਰ ਤੇ ਕੰਮ ਕਰ ਰਹੀ ਸੀਗੀ ਇਸ ਤੋਂ ਪਹਿਲਾਂ ਜਿਹੜੀ 45 ਕੁ ਦਿਨਾਂ ਦੀ ਸਰਕਾਰ ਰਹੀ ਹੈ ਨਾ ਜੀ 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 ਕਿਉਂਕਿ ਚੱਲ ਤਾਂ ਉੱਥੇ ਕਨਜ਼ਰਵੇਟਿਵ ਹੀ ਰਹਿ ਹੈ ਨਾ ਜੀ 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 ਪਿਛਲੇ 11 ਸਾਲ ਤੋਂ ਕਨਜ਼ਰਵੇਟਿਵ ਹੀ ਨੇ ਜੀ ਤੇ ਚਲੋ ਉਹਦੋਂ ਜਦੋਂ ਉਹਨੇ ਬੋਲਿਆ ਉਹਨੇ ਬ੍ਰਿਟਿਸ਼ एंपਾਇਰ ਬਾਰੇ ਵੀ ਬਹੁਤ ਗੱਲਾਂ ਕਹੀਆਂ ਕਿ ਬ੍ਰਿਟਿਸ਼ एंपਾਇਰ ਸੀਗਾ ਜਿਹੜਾ ਬੜਾ ਜ਼ਬਰਦਸਤ ਸੀਗਾ ਇਹਨੇ ਬਹੁਤ ਕੁਝ ਸਿਖਾਇਆ ਜੀ ਤੇ ਭਾਰਤ ਦੇ ਖਾਸ ਤੌਰ ਤੇ ਜਿਹੜੇ ਉੱਥੇ ਗਏ ਲੋਕ ਨੇ ਇਮੀਗ੍ਰੈਂਟਸ ਨੇ ਉਹਨਾਂ ਬਾਰੇ ਬੜੇ ਸ਼ਬਦ ਤਿੱਖੇ ਬੋਲੇ ਸੀ ਕਿ ਆ ਜਾਂਦੇ ਨੇ ਇੰਡੀਅਨ ਲੋਕ ਓਵਰਸਟੇ ਕਰਦੇ ਆ ਇੱਥੇ ਦੰਗਾ ਫਸਾਦ ਕਰਦੇ ਮਤਲਬ ਕਿ ਭਾਈ ਜਿਵੇਂ ਕਹ ਲੀਏ ਕਿ ਫਸਾਦੀ ਲੋਕ ਆ ਜੀ ਵੀ ਇੱਕ ਤਾਂ ਓਵਰਸਟੇ ਕਰਦੇ ਆ ਉਲੰਘਣਾ ਕਰਦੇ ਆ ਨੀਮ ਕਾਇਦਿਆਂ ਦੀ ਦੂਜਾ ਇੱਥੇ ਇਹਨਾਂ ਨੂੰ ਢੰਗ ਨਾਲ ਰਹਿਣਾ ਨਹੀਂ ਆਉਂਦਾ ਇਹ ਇਸ ਮੁਲਕ ਦੇ ਵਿੱਚ ਕੋਈ ਨਾ ਕੋਈ ਤਰਥੱਲੀ ਮਚਾਈ ਰੱਖਦੇ ਆ ਜੀ ਇਸ ਕੱਲ ਦਾ ਬਹੁਤ ਵਿਰੋਧ ਹੋਇਆ ਕਿਉਂਕਿ ਦੇਖੋ ਯੂਕੇ ਤੇ ਭਾਰਤ ਸਰਕਾਰ ਦੇ ਆਪੋ ਵਿੱਚ ਰਿਸ਼ਤੇ ਜਿਹੜੇ ਤਾਲੁਕਿਆ ਬੜੇ ਕਹੋ ਕਿ ਬੜੇ ਮਦੂਰ ਨੇ ਮਿੱਠੇ ਨੇ ਜੀ ਤੁਸੀਂ ਦੇਖਣਾ ਜਗੀ ਜੋਲ ਦੇ ਮਾਮਲੇ ਦੇ ਵਿੱਚ ਕਿ ਦੋਸ਼ ਲੱਗਦਾ ਹੈ ਕਿ ਖੁਫੀਆ ਜਾਣਕਾਰੀ ਤੱਕ ਕੇਂਦਰ ਸਰਕਾਰ ਨੂੰ ਮਹయ్యా ਕਰਵਾਈ ਗਈ ਜੀ ایਐਨਸਗਾ ਤੇ ਯੂਕੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਉੱਥੇ ਹੁੰਦਾ ਜਿੱਥੇ ਤੁਹਾਡੇ ਕੂਟਨੀਤਿਕ ਰਿਸ਼ਤੇ ਜਿਹੜੇ ਆ ਉਹ ਬੜੇ ਉੱਚੇ ਮੁਕਾਮ ਤੇ ਹੁੰਦੇ ਨੇ ਜੀ ਅਦਰਵਾਈਜ਼ ਜਿੱਥੇ ਤੁਹਾਡਾ ਟਰੇਡ ਦਾ ਕੋਈ ਜ਼ਿਆਦਾ ਰਿਸ਼ਤਾ ਨਹੀਂ ਕੂਟਨੀਤਿਕ ਜ਼ਿਆਦਾ ਰਿਸ਼ਤਾ ਨਹੀਂ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਤੁਹਾਨੂੰ ਵਧੇਰੇ ਨਹੀਂ ਦਿਖਦੀਆਂ ਜੀ ਹੁਣ ਰਿਸ਼ੀ ਸੋਨਕ ਨੇ ਜਦੋਂ ਉਸ ਬੀਬੀ ਨੂੰ ਫੇਰ ਲੈ ਲਿਆ ਕੈਬਨਟ ਦੇ ਵਿੱਚ ਜੀ ਤੇ ਹੁਣ ਇਧਰ ਵੀ ਥੋੜੇ ਲੋਕ ਤਤਤੇ ਹੋਏ ਪੈ ਨੇ ਕਿ ਇਹ ਤੂੰ ਨੇ ਕੀ ਕਰ ਦਿਆ ਤਾਂ ਉਹਨੇ ਉਹਨੇ ਸਫਾਈ ਦਿੱਤੀ ਆ ਉਹ ਕਹਿੰਦਾ ਦੇਖੋ ਹਾਂ ਕੁਝ ਗਲਤੀਆਂ ਨੇ ਕੀਤੀਆਂ ਸੀ ਉਹਨਾਂ ਗਲਤੀਆਂ ਨੂੰ ਰਿਅਲਾਈਜ਼ ਕਰਦੀ ਆ ਅੱਛਾ ਕੰਮ ਕਰਾਂਗੇ ਅਸੀਂ ਬਰਤਾਨੀਆਂ ਨੂੰ ਦੁਬਾਰਾ ਪੈਰਾਂ ਤੇ ਖੜਾ ਕਰਨ ਵਾਸਤੇ ਜ਼ੋਰ ਲਾਵਾਂਗੇ ਬਸ ਠੀਕ ਠਾਕ ਆ ਜੀ ਉਹਨੇ ਨਹੀਂ ਕਿਹਾ ਕਿ ਇੰਡੀਅਨ ਲੋਕਾਂ ਨੂੰ ਯਾਰ ਜੋ ਦੁੱਖ ਪਹੁੰਚਿਆ ਸੀ ਠੇਸ ਪਹੁੰਚੀ ਸੀ ਕਿ ਅਸੀਂ ਉਹ ਚੀਜ਼ ਲਈ ਖੇਦ ਪ੍ਰਗਟਾਉਨੇ ਆ ਅਫਸੋਸ ਪ੍ਰਗਟਾਉਨੇ ਐਸਾ ਕੁਝ ਨਹੀਂ ਹੈ ਬਸ ਇੱਕ ਲਿਟਰਲੀ ਛੋਟੀ ਜੀ ਜਿੱਦਾਂ ਕਹਿ ਲੋ ਖੁੱਲੇ ਰੂਪ ਚ ਸਫਾਈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕੰਮ ਸਟਾਰਟ ਕਰ ਦਿੱਤਾ ਨਾ ਕਿ ਅਸੀਂ ਕਿਸੇ ਤੋਂ ਕੀ ਲੈਣਾ ਦੇਣਾ ਮੈਂ ਤੁਹਾਨੂੰ ਕਿਹਾ ਸੀ ਕਿ ਉਹਨਾਂ ਨੇ ਆਪਣੇ ਮੁਲਕ ਦਾ ਸੋਚਣਾ ਤੁਸੀਂ ਮਾਨ ਬੇਸ਼ੱਕ ਕਰੀ ਚੱਲਿਆ ਕਰੋ ਜੀ ਆ ਜਿਹੜੇ ਇੰਡੀਅਨ origin ਦੇ ਲੀਡਰ ਨੇ ਜੇ ਤੁਸੀਂ ਦੇਖਣਾ ਹੋਵੇ ਤਾਂ 15 20 ਦੇਸ਼ਾਂ ਦੇ ਵਿੱਚ 200 ਦੇ ਕਰੀਬ ਜਿਹੜੇ ਲੀਡਰ ਨੇ ਉਹ ਬਹੁਤ ਵੱਡੇ ਮਰਾਤਬੇ ਹਾਸਲ ਕਰਕੇ ਬੈਠੇ ਨੇ ਜੀ ਉਹਦੇ ਚ ਕਮਲਾ ਹੈਰੀਸ ਵੀ ਆ ਜੀ ਜੀ ਤਾਂ ਭਾਈ ਗੱਲ ਇਹ ਆ ਕਿ ਉਹਨਾਂ ਨੇ ਆਪਣੇ ਮੁਲਕ ਦੀਆਂ ਨੀਤੀਆਂ ਦੇ ਹਿਸਾਬ ਨਾਲ ਚੱਲਣਾ ਹੁੰਦਾ ਨਾ ਕਿ ਤੁਹਾਡੇ ਕਹਿਣ ਦੇ ਅਨੁਸਾਰ ਕਿ ਬਸ ਹੁਣ ਸਾਡੇ ਵਾਸਤੇ ਵੀਜ਼ੇ ਖੁੱਲ ਜਾਣੇ ਫਲਾ ਹੋ ਜਾਏਗਾ ਟਮਕਾ ਹੋ ਜਾਏਗਾ ਤਾਂ ਹੁਣ ਉੱਥੇ ਇੱਕ ਚੀਜ਼ ਦਾ ਜਿਹੜਾ ਉਹ ਰੌਲਾ ਪੈ ਰਿਹਾ ਹੈ ਜੀ ਅਸਲ ਦੇ ਵਿੱਚ ਕੀ ਹੈ ਕਿ ਲਿਜ਼ ਟਰਸਟ ਦੀ ਜਿਹੜੀ ਸਰਕਾਰ ਸੀ ਉਹਨੂੰ ਅਸਥਿਰ ਕਰਨ ਦੇ ਵਿੱਚ ਇਸੇ ਬੀਬੀ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਇਹਨੇ ਫਿਰ ਰਿਜਾਇਨ ਕੀਤਾ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਲਿਸਟਰਾਸ ਜਿਹੜੀ ਆ ਉਹ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਆ ਗਈ ਹੁਣ ਉਸ ਬਿਆਨ ਨੂੰ ਵੀ ਦੇਖਿਆ ਜਾ ਰਿਹਾ ਕਿ ਅਸਲ ਦੇ ਵਿੱਚ ਇਹਨੇ ਸਾਰੀ ਗੇਮ ਰਿਸ਼ੀ ਸੁਨੱਕ ਦੇ ਨਾਲ ਰਲ ਕੇ ਖੇਡੀ ਹੈ ਮੇਨ ਪਤੇ ਦੀ ਗੱਲ ਹੈ ਯਾਰ ਮਤਲਬ ਉਹ ਸਿੰਗਲ ਦੇ ਪਾਸੇ ਤੇ ਵੀ ਜੁੜੇ ਜਾ ਰਹੇ ਆ ਬਿਲਕੁਲ ਸਿਆਸਤ ਤੇ ਸਾਰੀ ਦੁਨੀਆ ਇੱਕੋ ਜੀ ਆ ਨਾ ਸਿਆਸਤ ਦੇ ਵਿੱਚ ਸ਼ਹਿਮਾਤ ਦੀ ਖੇਡ ਆ ਠਿੱਬੀ ਲਾਉਣ ਦਾ ਯਤਨ ਤੇ ਸਾਰੇ ਕੀਤੇ ਹੁੰਦੇ ਆ ਹਾਂਜੀ ਜੀ ਸਿਆਸਤ ਦੇ ਮੂਲ ਤੌਰ ਤੇ ਹੱਥ ਗੰਡੇ ਤਾਂ ਇੱਕੋ ਜੇ ਆ ਨਾ ਕਿਤੇ ਕਿਸੇ ਢੰਗ ਨਾਲ ਕਿਤੇ ਕਿਸੇ ਢੰਗ ਨਾਲ ਆ ਬਸ ਘਾਫਤ ਉਹਨਾਂ ਨੂੰ ਟ੍ਰਾਂਸਲੇਟ ਕਰ ਲਓ ਸਾਡੀ ਭਾਸ਼ਾ ਚ ਬਸ ਇਹ ਹੋ ਆ ਹਾਂਜੀ ਇਹ ਹੁਣ ਉਥੋਂ ਦੇ ਲੋਕ ਮੰਗ ਵੀ ਕਰ ਰਹੇ ਨੇ ਕੁਝ ਸਿਆਸਤਦਾਨ ਮੰਗ ਕਰ ਰਹੇ ਨੇ ਕਿ ਇਹ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਅੱਛਾ ਜੀ ਹਾਂਜੀ ਕਿ ਇਸ ਬੀਬੀ ਨੇ ਜਾਣਬੁੱਝ ਕੇ ਇੰਡੀਆ ਦੇ ਖਿਲਾਫ ਬਿਆਨ ਦਿੱਤਾ ਲਿਸਟ੍ਰਸ ਨੂੰ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਕੀਤਾ ਉਸ ਤੋਂ ਬਾਅਦ ਅਸਤੀਫੇ ਨੇ ਉਸ ਸਰਕਾਰ ਨੂੰ ਅਸਥਿਰ ਕਰ ਦਿੱਤਾ ਤੇ ਇਹ ਸਾਰੀ ਸੈਟਿੰਗ ਸੀਗੀ ਮਤਲਬ ਕਿ ਸਕ੍ਰਿਪਟਡ ਚੀਜ਼ਾਂ ਸੀਗੀਆਂ ਜਿਹੜੀਆਂ ਕਈਆਂ ਵੀ ਗਈਆਂ ਜਿਹੜੀਆਂ ਕੀਤੀਆਂ ਵੀ ਗਈਆਂ ਜੀ ਜੀ ਉੱਥੋਂ ਦੀ ਰਾਜਨੀਤੀ 'ਚ ਇਹ ਤਾਂ ਚੁੱਪ ਕਰਕੇ ਇਦਾਂ ਦੀ ਹਿੱਕ ਤੇ ਮੂੰਗ ਦਲੋ ਕਹਿ ਲੋ ਜਾਂ ਸੱਪ ਲਿਟ ਨੇ ਕੁਝ ਵੀ ਦੋ ਚਾਰ ਦਿਨ ਇਹਨਾਂ ਨੂੰ ਤੇ ਕੋਈ ਹੋਰ ਮੁੱਦਾ ਮਿਲ ਜਾਏਗਾ ਜੀ ਉਹਦੇ ਵਿੱਚ ਉਲਟ ਜਾਣਗੇ ਸਾਡੇ ਲੋਕ ਤਾਂ ਪਰ ਉੱਥੇ ਇਹ ਉਲਝਣ ਹੋਈ ਪਈ ਆ ਕਿ ਇਸ ਮਾਮਲੇ 'ਚ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਇਹ ਸਾਰਾ ਕੁਝ ਜਿਹੜਾ ਉਹ ਗਿਣਮਿਤ ਕੇ ਕੀਤਾ ਗਿਆ ਹੀ ਜੀ ਠੀਕ ਮਿੰਟੂ ਜੀ ਚਲੋ ਦੇਖਦੇ ਹੁਣ ਇਹ ਚ ਨਿਕਲਦਾ ਕੀ ਅੱਗੇ ਜਾ ਕੇ ਹੌਲੀ ਹੌਲੀ ਸਾਫ਼ ਹੋਊਗਾ ਜਿੱਦੇ ਕੋਈ ਅਪਡੇਟ ਆਈ ਤਾਂ ਪਾਉ ਵੀ ਸਾਂਝੀ ਕਰ ਦੇਵਾਂਗੇ ਨਾਲੇ ਜੀ 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 ਬਿਲਕੁਲ ਤੇ ਦੁਬਾਰਾ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਹਾਲੇ ਵੀ ਸਾਡੇ ਵਾਲੇ ਤਾਂ ਉੱਥੇ ਖੜੇ ਹੋਏ ਆ ਕਹਿੰਦੇ ਕਿ ਜੀ ਬੀਫ ਖਾਂਦਾ ਜੀ ਕਹਿੰਦੇ ਕਿ ਚਲੋ ਕੋਈ ਨਹੀਂ ਵੇਹ ਮਿੰਟੂ ਜੀ ਆਪਾਂ ਤਾਂ ਗੱਲ ਪਤੇ ਦੀ ਕਰਤੀ ਆਪਾਂ ਗਾਂ ਟੱਪ ਕੇ ਅੱਗੇ ਨਿਕਲ ਗਏ ਨਹੀਂ ਦੇਖੋ ਉੱਥੇ ਉੱਥੇ ਕੋਈ ਬੀਫ ਖਾਂਦਾ ਤੇ ਹੁਣ ਆਪਾਂ ਕੀ ਕਰ ਸਕਦੇ ਆ ਜੀ ਇੱਥੇ ਰਣਵੀਰ ਕਪੂਰ ਵਾਲੀ ਤਾਂ ਬੜਾ ਮੱਛੇ ਸੀ ਕੁਝ ਲੋਕ ਜੀ ਤੇ ਉਹ ਜੇ ਉਥੇ ਖਾਈ ਜਾਂਦਾ ਤੇ ਹੁਣ ਕੀ ਕਰ ਲੋਗੇ ਉਹਦਾ ਜੀ ਉਹ ਆਪਣੇ ਅਕਾਲ ਅਲੱਗ ਮੁਲਕ ਚ ਰਹਿੰਦਾ ਹੈ ਅਲੱਗ ਸਭਿਆਚਾਰ ਚ ਰਹਿੰਦਾ ਹੈ ਜੀ ਕਿ ਉਹ ਤੁਹਾਡੇ ਕਰਕੇ ਹੁਣ ਬੀਫ ਛੱਡੀ ਬੈਠਾ ਹੋਵੇ ਜੀ ਜੀ ਉਹ ਤਾਂ ਤੁਸੀਂ ਦੇਖੋ ਨਾ ਕਿ ਬਤੌਰ ਹਿੰਦੂ ਦੇ ਤੌਰ ਤੇ ਤੁਸੀਂ ਉਹਦੇ ਤੇ ਮਾਨ ਕਰਨਾ ਕਿ ਕੀ ਕਰਨਾ ਸਾਡੇ ਲੋ ਮਾਨ ਕਰੋ ਸਾਡੇ ਲੋ ਜੋ ਮਰਜ਼ੀ ਕਰੋ ਪਰ ਗੱਲ ਇਹ ਆ ਕਿ ਬੀਫ ਤੇ ਨਾਰਥ-ਈਸਟ ਦੇ ਵਿੱਚ ਵਾਧੂ ਖਾਂਦੇ ਨੇ ਜੀ ਅੱਛਾ ਗੋਆ ਦੇ ਮੁੱਖ ਮੰਤਰੀ ਨੇ ਇੱਕ ਵਾਰੀ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਬੀਫ ਦੀ ਆਪਾਂ ਕਮੀ ਨਹੀਂ ਆਉਣ ਦਿਆਂਗੇ ਜੀ ਤੋ ਗੱਲ ਇਹ ਆ ਕਿ ਇਹ ਹਲਕ-ਹਲਕ ਚੀਜ਼ਾਂ ਨੇ ਖਾਣ ਪੀਣ ਦੇ ਮਾਮਲੇ ਦੇ ਵਿੱਚ ਠੀਕ ਹੈ ਆਸਥਾ ਆਪਣੀ ਥਾਂ ਤੇ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਜਾਣ ਬੁੱਝ ਕੇ ਕੁਝ ਲੋਕ ਹਿੰਦੂਆਂ ਨੂੰ ਚੜਾਉਣ ਵਾਸਤੇ ਗਊ ਬਾਰੇ ਗੱਲਾਂ ਕਰਦੇ ਆ ਜਾਂ ਬੀਫ ਬਾਰੇ ਗੱਲਾਂ ਕਰਦੇ ਮੈਂ ਉਧਰ ਨਹੀਂ ਜਾਂਦਾ ਕਿ ਉਹਨਾਂ ਦੀ ਆਸਥਾ ਹੈ ਯਾਰ ਜੇ ਆਪਾਂ ਉਹਨਾਂ ਕੋਲ ਹੋਰ ਬਹੁਤ ਕੁਝ ਹੈ ਤਾਂ ਠੀਕ ਹੈ ਅਸੀਂ ਥੋੜਾ ਸਤਿਕਾਰ ਵੀ ਕਰ ਸਕਦੇ ਆ ਅਦਰਵਾਈਜ਼ ਜੇ ਕਿਤੇ ਕਿਸੇ ਨੂੰ ਆਜ਼ਾਦੀ ਖਾਣ ਦੀ ਜੋ ਮਰਜੀ ਸਾਡੇ ਵੱਲੋਂ ਉਹ ਚੱਕ ਕੇ ਗੋਹਾ ਵੀ ਖਾਈ ਜਾਵੇ ਅਸੀਂ ਕਿਸੇ ਨੂੰ ਰੋਕ ਥੋੜੀ ਸਕਦੇ ਹਾਂ ਇੱਥੇ ਇੱਥੇ ਲੋਕ ਗਊ ਦਾ ਗੋਬਰ ਵੀ ਗਊ ਦਾ ਮੂਤ ਪੀਤੀ ਜਾਂਦੇ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਆ ਸਮਝਦੇ ਹੋ ਨਾ ਕਿਸੇ ਦੀ ਆਸਥਾ ਹੈ ਕਿਸੇ ਦੀ ਉਹ ਖਾਣ ਦੀ ਆਜ਼ਾਦੀ ਹੈ ਬਿਲਕੁਲ ਬਿਲਕੁਲ ਪਰ ਜਾਣ ਬੁੱਝ ਕੇ ਕਿਸੇ ਧਰਮ ਨੂੰ ਟਾਰਗੇਟ ਕਰਨ ਵਾਸਤੇ ਅਜਿਹਾ ਨਹੀਂ ਕਰਨੀਆਂ ਚਾਹੀਦੀ ਆਪਾਂ ਤੇ ਮੰਨਦੇ ਆ ਜੀ 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 ਬਿਲਕੁਲ ਬਿਲਕੁਲ ਜੀ ਬੀਫ ਐਟ ਬੀਫਤਾ ਜੀ ਕਹਿੰਦੇ ਕਿ অলਮੋਸਟ 60% ਐਨਆਰਆਈ ਖਾ ਰਹੇ ਨੇ ਜੀ ਚਲੋ ਕੋਈ ਗੱਲ ਨਹੀਂ ਮਿੰਟੂ ਜੀ ਅਗੇ ਆਪਾਂ ਕਿਸੇ ਰੂਪ ਤੋਂ ਬੀਫਤਾ ਮੈਨੂੰ ਲੱਗਦਾ ਬੇਲੋੜੀ ਬਹਿਸ ਆ ਜਿੱਥੇ ਕੰਮ ਖੁੱਲਾ ਉੱਥੇ ਤੇ ਕਹੀ ਜਾਂਦੇ ਨੇ ਜੀ ਅਲੱਗ ਅਲੱਗ ਤਰ੍ਹਾਂ ਦਾ ਮੀਟ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਖਾਧਾ ਜਾਂਦਾ ਹੈ ਅਸੀਂ ਥੋੜੇ ਜੇ ਮਤਲਬ ਕਿ ਧਾਰਮਿਕ ਕਾਰਨ ਕਰਕੇ ਇੱਥੇ ਸ਼ਾਕਾਹਾਰੀ ਜਾਦੇ ਆ ਜੀ ਜੇ ਆਪਾਂ ਦੇਖੇ ਮੁਕਾਬਲਤਾਂ ਨੂੰ ਹੋਰ ਦੇਸ਼ਾਂ ਦੇ ਆਦਰਵਾਇਸ ਦੁਨੀਆ ਦੇ ਵਿੱਚ ਬਹੁਤ ਮੀਟ ਖਾਧਾ ਜਾਂਦਾ ਵੱਖ-ਵੱਖ ਪ੍ਰਕਾਰ ਦਾ ਮੀਟ ਖਾਧਾ ਜਾਂਦਾ ਜੀ 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 ਬਿਲਕੁਲ ਕੋਈ ਕੁੱਤੇ ਖਾਧੀ ਜਾਂਦਾ ਇੱਥੇ ਨਾਗਾ ਲੈਂਡੀਆ ਆਏ ਸੀਗੇ ਤੇ ਆਪਣੇ ਪੰਜਾਬ ਚ ਉਹਨਾਂ ਨੇ ਕੁੱਤੇ ਮਕਾਉਣੇ ਸ਼ੁਰੂ ਕਰ ਦਿੱਤੇ ਸੀ ਯਾਦ ਹੈ ਨਾ ਇੱਕ ਵਾਰੀ ਲੱਗ ਚੁਈ ਜੀ ਜੀ ਉਹਨਾਂ ਦੀ ਫੋਰਸ ਆਈ ਸੀਗੀ ਤਾਂ ਭਈ ਅਲੱਗ ਲੱਗ ਗਿਆ ਅਸੀਂ ਕੀ ਕਰ ਸਕਦੇ ਹਾਂ ਪਰ ਮੈਂ ਤੇ ਮੇਰਾ ਜਾਤੀ ਤੌਰ ਤੇ ਮੰਨਣਾ ਹੈ ਕਿ ਜਿਸ ਸਮਾਜ ਦੇ ਵਿੱਚ ਆਪਾਂ ਰਹਿੰਦੇ ਆ ਜਿੱਥੇ ਕਿਤੇ ਆਸਥਾ ਜੁੜੀ ਉਸ ਆਸਥਾ ਦਾ ਸਤਿਕਾਰ ਹੋਣਾ ਚਾਹੀਦਾ ਹੈ। ਉਹ ਤੁਸੀਂ ਕਰ ਸਕਦੇ ਹੋ ਤਾਂ ਕਰੋ ਜਾਰੇ। ਜ਼ਰੂਰ ਕਰੋ। ਜੜਾਓ ਨਾ ਕਿਸੇ